ਪੰਜਾਬ ਨੂੰ ਲੱਗੀ ਬਹੁਤ ਵੱਡੀ ਨਜ਼ਰ। ਪੰਜਾਬ ਦਾ ਪਾਣੀ ਕਾਫੀ ਹੱਦ ਤੱਕ ਹੋ ਗਿਆ ਖਰਾਬ। ਇੱਕ ਨਾ ਮੁਰਾਦ ਬਿਮਾਰੀ ਜਿਸਦਾ ਨਾਮ ਲੈਣ ਤੋਂ ਵੀ ਲੋਕ ਕੰਬਦੇ ਨੇ, ਉਸ ਬਿਮਾਰੀ ਨੇ ਘੇਰਾ ਪਾਇਆ ਪੰਜਾਬ ਨੂੰ। ਕੈਂਸਰ ਨਾਮ ਦੀ ਬਿਮਾਰੀ ਜੋ ਕਿ ਬਜ਼ੁਰਗਾਂ ਤੇ ਨੌਜਵਾਨਾਂ ਵਿੱਚ ਦੇਖਣ ਨੂੰ ਮਿਲਦੀ ਸੀ, ਪਰ ਹੁਣ ਉਹ ਬੱਚਿਆਂ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ। ਬੱਚਿਆਂ ਵਿੱਚ ਵੀ ਬਲੱਡ ਕੈਂਸਰ ਦੀ ਸ਼ਿਕਾਇਤ ਆ ਰਹੀ ਹੈ। ਗੁਰੂਆਂ ਦੀ ਧਰਤੀ ਨੂੰ ਪਹਿਲਾਂ ਨਸ਼ਿਆਂ ਦਾ ਘੋਲ ਲੱਗਾ ਤੇ ਹੁਣ ਲੱਗਿਆ ਬਲੱਡ ਕੈਂਸਰ ਦਾ। ਨਾਬਾਲਗ ਬੱਚੇ ਮਹਿਜ 7 ਤੋਂ 15 ਸਾਲ ਦੇ ਬੱਚਿਆਂ ਦੇ DNA ਰਿਪੋਰਟ ਲੈਣ ਨਾਲ ਉਹਨਾਂ ਵਿੱਚ ਬਲੱਡ ਕੈਂਸਰ ਦੀ ਰਿਪੋਰਟ ਆਈ। ਏਮਸ ਬਠਿੰਡਾ ਦੇ ਅੰਕੜੇ ਬਿਆਨ ਕਰ ਰਹੇ ਨੇ ਕਿ ਪੰਜਾਬ ਬਰਬਾਦ ਨਹੀਂ ਹੋ ਰਿਹਾ, ਬਲਕਿ ਪੰਜਾਬ ਕਾਫੀ ਹੱਦ ਤੱਕ ਬਰਬਾਦ ਹੋ ਚੁੱਕਿਆ ਹੈ। ਪੰਜਾਬ ਦੇ ਬੱਚਿਆਂ ਵਿੱਚ ਕੈਂਸਰ ਹੋਣ ਨਾਲ ਆਉਣ ਵਾਲੇ ਸਮੇਂ ਵਿੱਚ ਪੰਜਾਬ ਦਾ ਕੀ ਹਾਲ ਹੋਵੇਗਾ?